ਸਸ਼ੀਅਕਾਲ ਮੈਂ ਜਸਵਿੰਦਰਪਾਲ ਚੰਨ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ ਤੇ ਆਪਾਂ ਗੱਲ ਕਰਦੇ ਹਾਂ ਤਾਪਮਾਨ ਆਉਣ ਵਾਲਾ ਤਾਪਮਾਨ ਨੂੰ ਡਰਾਉਂਦਾ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ 16 ਤੋਂ ਬਾਅਦ ਜਨਨ ਕਿ 16 ਮਾਰਚ ਤੋਂ ਲੈ ਕੇ 23 ਮਾਰਚ ਤੱਕ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਜੀ ਹਾਂ ਜਿਸ ਨਾਲ ਪੂਰਾ ਮੌਸਮ ਵੀ ਇੱਕ ਪ੍ਰਭਾਵਿਤ ਕਰੇਗਾ ਨਾਲ ਨਾਲ ਕਿਸਾਨਾਂ ਨੂੰ ਡਰਾਉਣ ਵਾਲਾ ਵੀ ਹੈ ਕਿਉਂਕਿ ਫਸਲ ਤਿਆਰ ਖੜੀ ਹੈ ਦੂਸਰੇ ਪਾਸੇ ਮੌਸਮ ਪ੍ਰਵਾਹ ਵੱਲੋਂ 16 ਤੋਂ ਲੈ ਕੇ 20 ਤੱਕ ਪੰਜਾਬ ਵਿੱਚ ਗੜੇ ਮਾਰੇ ਅਤੇ ਮੀਂਹ ਦੇ ਤਸਾਰ ਦੱਸੇ ਗਏ ਨੇ ਕਿ ਪਾਰੀ ਸੰਖਿਆ ਅਚ ਮੀਂਹ ਪੈਸਾ ਦਾ ਭਾਰੀ ਤਦਾਦ ਵਿੱਚ ਮੀਂਹ ਪੈਸਾ ਦਾ ਧਨ ਦਾ ਦਿੰਦੇ ਕਿ ਇਸ ਬਾਰੇ ਜਿਹੜਾ ਤਾਪਮਾਨ ਦਾ ਕਹਿਣਾ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਅਤੇ ਹਿਮਾਚਲ ਵਿੱਚ ਇਹ ਮੌਸਮ ਦਾ ਅਸਰ ਦੇਖਣ ਨੂੰ ਮਿਲੇਗਾ ਕਣ ਦੱਸ ਦਿੰਨੇ ਆ ਹਿਮਾਲਿਆ ਜਿਹੜਾ ਸਰਕੂਲੇਸ਼ਨ ਹੈ ਮੌਸਮ ਦਾ ਉਸ ਨਾਲ ਕਾਫੀ ਵੱਡੀਆਂ ਦਿੱਕਤਾਂ ਪੈਦਾ ਹੋ ਰਹੀਆਂ ਜਿਸ ਕਰਕੇ ਇਹ ਮੌਸਮ ਸਾਰਿਆਂ ਨੂੰ ਡਰਾਉਣਾ ਸਿੱਧ ਕਰ ਰਿਹਾ ਹੈ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਦੇ ਪਸੀਨੇ ਛੁੱਟ ਰਹੇ ਨੇ ਕਿਉਂਕਿ ਇੱਕ ਪਾਸੇ ਕਾਲਾ ਬੱਦਲ ਛਾ ਰਿਹਾ ਆਕਾਸ਼ ਤੇ ਦੂਜੇ ਪਾਸੇ ਕਣ ਖੜੀ ਖੇਤਾਂ ਵਿੱਚ ਉਨਾ ਨੁਸਤਾਰੇ ਆਖਰ ਮੰਡੀ ਚ ਪੂਜੇਗੀ ਜਾਂ ਨਹੀਂ ਇਹ ਕਿਸਾਨਾਂ ਦਾ ਸਵਾਲ ਵੀ ਮੌਸਮ ਅੱਗੇ ਹੈ ਤੇ ਮੌਸਮ ਆਪਣੀ ਰੂਪ ਦਿਖਾਉਂਦਾ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਆਉਣ ਵਾਲੇ ਸਮੇਂ ਵਿੱਚ ਜਾਨੀ ਕਿ 16 ਤੋਂ 20 ਮਾਰਚ ਤੱਕ ਮੀਂਹ ਗੜੇ ਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਸਾਨਾਂ ਨੂੰ ਫਿਲਹਾਲ ਵੱਡੀ ਖਬਰ ਇਹੀ ਨਿਕਲ ਕੇ ਆ ਰਹੀ ਹੈ ਕਿ ਇਹ ਸਾਰਾ ਜਿਹੜਾ ਹਿਮਾਲਿਆ ਸਰਕੂਲੇਸ਼ਨ ਹੈ ਤਾਪਮਾਨ ਹਵਾਵਾਂ ਦਾ ਉਹ ਸਾਰੀਆਂ ਡਿਸਟਰਬ ਹੋਣ ਤੋਂ ਬਾਅਦ ਇਹ ਪੋਜੀਸ਼ਨ ਬਣੀ ਹੋਈ ਹੈ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਤੋਂ ਇਲਾਵਾ ਚੰਡੀਗੜ੍ਹ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਵਿੱਚ ਵੀ ਇਸ ਦਾ ਅਸਰ ਸਾਫ਼ ਦੇਖਣ ਨੂੰ ਮਿਲ ਸਕਦਾ ਹੈ 16 ਤੋਂ 20 ਮਾਰਚ ਦੇ ਵਿੱਚ ਵੀਕਰ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਜਿਤਾਈ ਗਈ ਹੈ ਤਾਪਮਾਨ ਵਿਭਾਗ ਵੱਲੋਂ ਹੁਣ ਦੇਖਦੇ ਆ ਕਿ ਕਿ ਨਾਲ ਕੋ ਸਮਾਂ ਚਿੰਤਾ ਵਾਲਾ ਕਿਸਾਨਾਂ ਲਈ ਹੈ ਅਤੇ ਕਿਨਾਂ ਕਿ ਮੌਸਮ ਡਰਾਵੇਗਾ ਅਗਲੀ ਅਪਡੇਟ ਲੈ ਕੇ ਮੈਂ ਫੇਰ ਹਾਜ਼ਰ ਹੋਵਾਂਗਾ ਤਦ ਤੱਕ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬ ਦਾ ਧੰਨਵਾਦ